ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਦੇ ਵਿੱਚ। ਅੱਜ ਅਸੀਂ ਰਾਜਨੀਤੀ ਸ਼ਾਸਤਰ ਦਾ ਬਹੁਤ ਹੀ ਵਧੀਆ ਟੋਪਿਕ ਕਰਨ ਜਾ ਰਹੇ ਹਾਂ, ਜਿਹਦੇ ਵਿੱਚੋਂ ਹਰੇਕ ਐਗਜ਼ਾਮ ਦੇ ਵਿੱਚ ਪ੍ਰਸ਼ਨ ਜਿਹੜੇ ਪੁੱਛੇ ਜਾਂਦੇ ਨੇ। ਤਾਂ ਅਸੀਂ ਅੱਜ ਮਹੱਤਵਪੂਰਨ ਸੰਵਿਧਾਨਕ ਸੋਧਾਂ ਬਾਰੇ ਗੱਲ ਕਰਨ ਜਾ ਰਹੇ ਹਾਂ, ਤਾਂ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਭਾਰਤੀ ਸੰਵਿਧਾਨ ਦੇ ਅਨੁਛੇਦ 368 ਦੇ ਵਿੱਚ ਸੰਵਿਧਾਨ ਦੇ ਵਿੱਚ ਸੋਧ ਕਿਵੇਂ ਕੀਤੀ ਜਾ ਸਕਦੀ ਹੈ ਉਹਦਾ ਵਰਣਨ ਕੀਤਾ ਗਿਆ ਹੈ। ਸੰਵਿਧਾਨ ਵਿੱਚ ਸੋਧ ਕੇਵਲ ਸੰਸਦ ਦੁਆਰਾ ਕੀਤੀ ਜਾ ਸਕਦੀ ਹੈ। ਤਾਂ ਇੱਥੋਂ ਕੁਐਸਚਨ ਬਣਦਾ ਗਾ ਵੀ ਸੰਵਿਧਾਨ ਦੇ ਵਿੱਚ ਸੋਧ ਕਿਸ ਦੁਆਰਾ ਕੀਤੀ ਜਾਂਦੀ ਹੈ? ਤਾਂ ਉਹ ਸੰਸਦ ਦੁਆਰਾ ਕੀਤੀ ਜਾਂਦੀ ਹੈ ਜਦੋਂ ਸੰਸਦ ਦੇ ਦੋਵੇਂ ਸਦਨ ਰਾਜ ਸਭਾ ਅਤੇ ਲੋਕ ਸਭਾ 2/3 ਬਹੁਮਤ ਨਾਲ ਕੋਈ ਮਤਾ ਪਾਸ ਕਰ ਦਿੰਦੇ ਨੇ ਤਾਂ ਸੰਵਿਧਾਨ ਦੇ ਵਿੱਚ ਸੋਧ ਕੀਤੀ ਜਾਂਦੀ ਆ। 42ਵੀਂ ਸੰਵਿਧਾਨਕ ਸੋਧ 1976, ਇਹ ਬਹੁਤ ਹੀ ਇੰਪੋਰਟੈਂਟ ਸੋਧ ਆ ਗਈ। ਇਹ ਸੋਧ ਨੂੰ ਮਿੰਨੀ ਸੰਵਿਧਾਨ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਤਾਂ ਇਸ ਨੂੰ ਮਿੰਨੀ ਸੰਵਿਧਾਨ ਦੇ ਨਾਲ ਕਿਉਂ ਜਾਣਿਆ ਜਾਂਦਾ ਗਾ, ਤਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਮੌਲਿਕ ਕਰਤੱਵਾਂ ਨੂੰ ਅਨੁਛੇਦ 51 ਆਰਟੀਕਲ ਦੇ ਵਿੱਚ ਇਸੇ ਸੰਵਿਧਾਨ ਸੋਧ ਦੁਆਰਾ ਜੋੜਿਆ ਗਿਆ ਸੀ। ਹੋਰ ਇਹਦੇ ਵਿੱਚ ਕੀ ਸੀ, ਇਸ ਸੰਵਿਧਾਨਿਕ ਸੋਧ ਰਾਹੀਂ ਪ੍ਰਸਤਾਵਨਾ ਦੇ ਵਿੱਚ ਬਹੁਤ ਸਾਰੇ ਜਿਹੜੇ ਨਵੇਂ ਨਵੇਂ ਸ਼ਬਦ ਸੀ ਉਹ ਜੋੜੇ ਗਏ ਸੀਗੇ। ਉਹ ਜਿਹੜੇ ਸ਼ਬਦ ਸੀਗੇ ਉਹ ਕਿਹੜੇ ਸੀਗੇ? ਤਾਂ ਉਹਦੇ ਵਿੱਚ ਸੀਗੇ ਏਕਤਾ, ਅਖੰਡਤਾ, ਧਰਮ ਨਿਰਪੇਖ, ਸਮਾਜਵਾਦੀ। ਹੁਣ ਤੱਕ ਪ੍ਰਸਤਾਵਨਾ ਦੇ ਵਿੱਚ ਇੱਕੋ ਇੱਕ ਸੋਧ ਹੋਈ ਆ, ਜਿਹੜੀ 42ਵੀਂ ਸੰਵਿਧਾਨਕ ਸੋਧ ਆ 1976 ਦੇ ਵਿੱਚ ਹੋਈ ਸੀ। ਇੱਥੇ ਤੁਹਾਡਾ ਕੁਐਸਚਨ ਇਹ ਬਣਦਾ ਗਾ ਕਿ 42ਵੀਂ ਸੰਵਿਧਾਨਕ ਸੋਧ ਦੁਆਰਾ ਕਿਹੜੇ ਸ਼ਬਦ ਨੇ ਜਿਹੜੇ ਪ੍ਰਸਤਾਵਨਾ ਦੇ ਵਿੱਚ ਜੋੜੇ ਗਏ ਨੇ? ਤਾਂ ਉਹ ਕਿਹੜੇ ਕਿਹੜੇ ਸ਼ਬਦ ਨੇ? ਏਕਤਾ, ਅਖੰਡਤਾ, ਧਰਮ ਨਿਰਖੇਪ, ਸਮਾਜਵਾਦੀ। ਤਾਂ ਇਹਨਾਂ ਨੂੰ ਯਾਦ ਰੱਖਣਾ। ਸੋਧ 1978 ਦੇ ਵਿੱਚ ਹੋਈ ਸੀ। ਇਹਦੇ ਵਿੱਚ ਜਦੋਂ ਸੰਵਿਧਾਨ ਬਣਿਆ ਸੀ ਤਾਂ ਮੌਲਿਕ ਅਧਿਕਾਰਾਂ ਦੀ ਸੰਖਿਆ ਸੀ ਉਹ 7 ਸੀ, ਪਰ ਵਰਤਮਾਨ ਸਮੇਂ ਵਿੱਚ ਮੌਲਿਕ ਅਧਿਕਾਰਾਂ ਦੀ ਜਿਹੜੀ ਸੰਖਿਆ ਹੈਗੀ ਉਹ 6 ਆ ਗਈ। 44ਵੀਂ ਸੋਧ 1978 ਦੇ ਦੁਆਰਾ ਸੰਪੱਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਜਿਹੜੀ ਸੂਚੀ ਆ ਉਹਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਤਾਂ ਇਸ ਕਰਕੇ ਜਿਹੜੀ ਹੁਣ ਮੌਲਿਕ ਅਧਿਕਾਰਾਂ ਦੀ ਸੰਖਿਆ ਹੈਗੀ ਉਹ 6 ਆ ਗਈ। 52ਵੀਂ ਸੰਵਿਧਾਨਕ ਸੋਧ 1985 ਦੇ ਵਿੱਚ ਰਾਜਨੀਤਿਕ ਦਲ ਬਦਲੀ 'ਤੇ ਰੋਕ ਲਾਈ ਗਈ ਸੀ ਅਤੇ ਇਸ ਨੂੰ ਸੰਵਿਧਾਨ ਦੀ 10ਵੀਂ ਅਨੁਸੂਚੀ ਵਿੱਚ ਰੱਖਿਆ ਗਿਆ ਸੀ। ਦਲ ਅਤੇ 10, ਇਹ ਤੋਂ ਯਾਦ ਰੱਖਿਆ ਜਾਓ, ਦਲ ਬਦਲੀ ਦੀ ਜਿਹੜੀ ਰੋਕ ਲਾਈ ਗਈ ਉਹ 10ਵੀਂ ਅਨੁਸੂਚੀ ਦੇ ਵਿੱਚ ਦਰਜ ਹੈਗੀ। ਅਤੇ ਕਿਹੜੇ ਸੰਵਿਧਾਨਕ ਸੋਧ? 52ਵੀਂ ਸੰਵਿਧਾਨਕ ਸੋਧ 1985 ਦੇ ਵਿੱਚ, 61ਵੀਂ ਸੰਵਿਧਾਨਕ ਸੋਧ 1988 ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ। ਇਸ ਸੰਵਿਧਾਨਕ ਸੋਧ ਦੁਆਰਾ ਵੋਟ ਪਾਉਣ ਦੀ ਉਮਰ ਘਟਾ ਕੇ 21 ਤੋਂ 18 ਸਾਲ ਕਰ ਦਿੱਤੀ ਗਈ ਸੀ। ਇਦੋਂ ਅਗਲੀ ਸੰਵਿਧਾਨਕ ਸੋਧ ਆ 73ਵੀਂ ਸੰਵਿਧਾਨਕ ਸੋਧ। ਇਸ ਸੋਧ ਦੇ ਦੁਆਰਾ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਸੀ ਸੰਵਿਧਾਨ ਦੇ ਵਿੱਚ। ਪਿੰਡਾਂ ਦੇ ਵਿੱਚ ਵਿਕਾਸ ਦੇ ਲਈ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਸੀ 73ਵੀਂ ਸੰਵਿਧਾਨਕ ਸੋਧ ਦੁਆਰਾ। ਇਸ ਨੂੰ ਸੰਵਿਧਾਨ ਦੀ 11ਵੀਂ ਅਨੁਸੂਚੀ ਵਿੱਚ ਜੋੜਿਆ ਗਿਆ ਸੀ। ਤਾਂ 11ਵੀਂ ਅਨੁਸੂਚੀ ਕਿਹਦੇ ਨਾਲ ਸੰਬੰਧਿਤ ਆ? ਪੰਚਾਇਤੀ ਰਾਜ ਨਾਲ। ਠੀਕ ਹੈ, ਇੱਕ ਤਾਂ ਇਹ ਕੁਐਸਚਨ ਬਣਦਾ, ਇੱਕ ਕੁਐਸਚਨ ਇਹ ਬਣਦਾ ਇਹਦੇ ਵਿੱਚੋਂ, ਤਾਂ 73ਵੀਂ ਸੋਧ ਦੁਆਰਾ ਕਾਹਦੀ ਵਿਵਸਥਾ ਕੀਤੀ ਗਈ ਹੈ? ਤਾਂ ਪੰਚਾਇਤੀ ਰਾਜ ਦੀ। ਅਤੇ ਇਸ ਨੂੰ 11ਵੀਂ ਅਨੁਸੂਚੀ ਦੇ ਵਿੱਚ ਦਰਜ ਕੀਤਾ ਗਿਆ ਗਾ। ਇਹ ਦੋਨੇ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ। ਇਸ ਤੋਂ ਅਗਲੀ ਸੋਧ ਆ 74ਵੀਂ ਸੰਵਿਧਾਨਕ ਸੋਧ। ਇਸ ਦੇ ਅਨੁਸਾਰ ਸ਼ਹਿਰੀ ਸਥਾਨਕ ਸਰਕਾਰਾਂ ਦੀ ਵਿਵਸਥਾ ਕੀਤੀ ਗਈ ਹੈ, ਜਿਵੇਂ ਸ਼ਹਿਰਾਂ ਦੇ ਵਿਕਾਸ ਦੇ ਲਈ ਨਗਰ ਨਿਗਮ, ਨਗਰ ਪਾਲਿਕਾ, ਨਗਰ ਪੰਚਾਇਤ ਦੀ ਵਿਵਸਥਾ ਕੀਤੀ ਗਈ ਹੈ। ਜਿਵੇਂ ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤ ਅਤੇ ਜ਼ਿਲ੍ਹਾ ਪਰਿਸ਼ਦ ਹੁੰਦੀਆਂ ਨੇ, ਉਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਗ੍ਰਾਮ ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪੰਚਾਇਤ ਹੁੰਦੀਆਂ ਹਨ। ਇਦੋਂ ਅਗਲੀ ਸੰਵਿਧਾਨਕ ਸੋਧ ਆ 86ਵੀਂ ਸੰਵਿਧਾਨਕ ਸੋਧ 2002। ਇਹਦੇ ਵਿੱਚ ਇਹਨੂੰ ਅਨੁਛੇਦ 21A ਦੇ ਵਿੱਚ ਦਰਜ ਕੀਤਾ ਗਿਆ ਹੈ ਅਤੇ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਮੁਫ਼ਤ ਅਤੇ ਲਾਜ਼ਮੀ ਸਿੱਖਿਆ ਜਿਹੜੀ ਉਹ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਦੇ ਵਿਦਿਆਰਥੀਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਦੀ ਉਮਰ 6 ਤੋਂ 14 ਸਾਲ ਆ। ਇਕਾਨਵੀਂ ਸੰਵਿਧਾਨਕ ਸੋਧ। ਇਹ ਸੋਧ ਆ ਜਿਹੜੀ ਮੰਤਰੀ ਪ੍ਰਸਿੱਧ ਦੀ ਸੰਖਿਆ ਨਾਲ ਸੰਬੰਧਿਤ ਆ ਕਿ ਮੰਤਰੀ ਪ੍ਰਸਿੱਧ ਦੀ ਜਿਹੜੀ ਸੰਖਿਆ ਹੈਗੀ ਉਹ ਕਿੰਨੀ ਹੋਣੀ ਚਾਹੀਦੀ ਆ? ਜੇ ਆਪਾਂ ਲੋਕ ਸਭਾ ਦੀ ਗੱਲ ਕਰੀਏ ਤਾਂ ਲੋਕ ਸਭਾ ਦੇ 15% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ,
ਜੇਕਰ ਰਾਜਾਂ ਦੇ ਵਿੱਚ ਗੱਲ ਕਰੀਏ ਤਾਂ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦੇ 15% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। 92 ਸੰਵਿਧਾਨਕ ਸੋਧ ਦੁਆਰਾ 8ਵੀਂ ਅਨੁਸੂਚੀ ਵਿੱਚ 4 ਹੋਰ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ, ਜਿਸ ਨਾਲ ਭਾਸ਼ਾਵਾਂ ਦੀ ਜਿਹੜੀ ਸੰਖਿਆ ਹੈਗੀ ਉਹ 22 ਹੋ ਗਈ। ਹੁਣ ਵੀ 22 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਮਾਨਤਾ ਦਿੱਤੀ ਗਈ ਹੈ ਸੰਵਿਧਾਨ ਦੇ ਵੱਲੋਂ। ਇਹ ਸੀ ਮਹੱਤਵਪੂਰਨ ਸੰਵਿਧਾਨਕ ਸੋਧਾਂ। ਇਹਨਾਂ ਦੇ ਵਿੱਚੋਂ ਹੀ ਕੁਐਸਚਨ ਨੇ ਜਿਹੜੇ ਆਈ ਵੇਰੀ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇਗੇ। ਤੁਸੀਂ ਧਿਆਨ ਨਾਲ ਇਹਨੂੰ ਵੀਡੀਓ ਨੂੰ 2 ਤੋਂ 3 ਵਾਰ ਦੇਖੋ ਅਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਕੁਐਸਚਨ ਇਸ ਤੋਂ ਬਾਹਰ ਦੇਖਣ ਨੂੰ ਨਹੀਂ ਮਿਲੂਗਾ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ।